ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜਿਆ ਨੂੰ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਤ ਕੋਰ ਬਾਦਲ ਵੱਲੋਂ ਆਈ ਵੱਡੀ ਖਬਰ ਕੀਤੀ ਹੈ ਵੱਡੀ ਅਪੀਲ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਤ ਕੋਰ ਬਾਦਲ ਵੱਲੋਂ ਵੱਡੀ ਖਬਰ ਸਾਹਮਣੇ ਜਿੱਥੇ ਅਪੀਲ ਕੀਤੀ ਗਈ ਕਰੋਨਾ ਕੇਸਾਂ ਦੀ ਚਾਈ ਕਮੀ ਤੋਂ ਬਾਅਦ ਜਿੱਥੇ ਹਵਾਈ ਅੜਾ ਨੂੰ ਸ਼ੁਰੂ ਕੀਤਾ ਗਿਆ ਉੱਥੇ ਯਾਤਰੀਆਂ ਦੀ ਮੰਗ ਉੱਪਰ ਕਰੋਨਾ ਪਾਬੰਦੀਆਂ ਦੇ ਨਾਲ ਰੇਲ ਗੱਡੀਆਂ ਦੀ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਜਿੱਥੇ ਕਰੋਨਾ ਪਾਬੰਦੀਆਂ ਦੀ ਪਾਲਣਾ ਕਰਨੀ ਵੀ ਲਾਜ਼ਮੀ ਕੀਤੀ ਗਈ ਉੱਥੇ ਹੁਣ ਸਾਬਕਾ ਕੇਂਦਰੀ ਮੰਤਰੀ ਹਰਸ਼ਿੰਦਰ ਕੋਲ ਬਦਲ ਵੱਲੋਂ ਜਿੱਥੇ ਬਠਿੰਡੇ ਜ਼ਿਲ੍ਹੇ ਵਿੱਚ ਪੈਂਦੇ ਪੂਚੋ ਮੰਡੀ ਵਿੱਚ ਯਾਤਰੀਆਂ ਨੂੰ ਦਰ ਪ੍ਰਵੇਸ਼ ਆਉਣ ਵਾਲੇ ਮੁਸ਼ਕਲਾਵਾਂ ਨੂੰ ਦੇਖਦੇ ਹੋਏ ਰੇਲ ਗੱਡੀਆਂ ਦਾ ਮੁਰਤੋਂ ਇੱਥੇ ਰੋਕੇ ਜਾਣ ਵਾਸਤੇ ਕੇਂਦਰੀ ਰੇਲ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਗਈ ਹੈ ਜਿੱਥੇ ਉਹਨਾਂ ਵੱਲੋਂ ਕੇਂਦਰੀ ਰੇਲ ਮੰਤਰੀ ਅਸ਼ਨਵੀ ਵੈਸ਼ਨਵ ਨੂੰ ਲਿਖੇ ਗਏ ਪੱਤਰ ਦੇ ਵਿੱਚ ਦੱਸਿਆ ਗਿਆ ਹੈ ਕਰੋਨਾ ਤੋਂ ਪਹਿਲਾਂ ਇਸ ਰੇਲਵੇ ਸਟੇਸ਼ਨ ਉੱਪਰ ਬਹੁਤ ਸਾਰੇ ਮੁਸਾਫਰ ਰੇਲ ਗੱਡੀਆਂ ਰੁਕ ਜਾਂਦੀਆਂ ਸਨ ਜਿੱਥੇ ਰੋਜ਼ਾਨਾ ਆਉਣ ਵਾਲੇ ਯਾਤਰੀਆਂ ਨੂੰ ਹੁਣ ਇਹਨਾਂ ਰੇਲ ਗੱਡੀਆਂ ਦੇ ਨਾਲ ਰੁਕਣ ਵਿੱਚ ਪਾਰੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉੱਥੇ ਹੀ ਉਹਨਾਂ ਨੂੰ ਰੇਲ ਗੱਡੀ ਦਾ ਸਫਰ ਕਰਨ ਵਾਸਤੇ ਜਾਣਾ ਪੈ ਰਿਹਾ ਹੈ ਜਿੱਥੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਮੁਰ ਤੋਂ ਇਸ ਪੂਚੋ ਮੰਡੀ ਰੇਲਵੇ ਸਟੇਸ਼ਨ ਤੇ ਗੱਡੀਆਂ ਦੇ ਰੁਕਣਾ ਨੂੰ ਲਾਜ਼ਮੀ ਕੀਤਾ ਜਾਵੇ ਜਿਸ ਨਾਲ ਯਾਤਰੀ ਨੂੰ ਦਰ ਪ੍ਰਵੇਸ਼ ਹੋਣ ਵਾਲੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ ਇਸ ਦੇ ਨਾਲ ਹੀ ਖਬਰ ਨੂੰ ਅੰਤ ਤੱਕ ਦੇਖਣ ਲਈ